हाँ जी, सत श्रीकाल जी सारे ना। वधिया फार्म यूट्यूब चैनल ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ, ਪਿੰਡ ਵੰਚੜੀ, ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਇੱਕੋ ਹੀ ਗਾਂ ਦਿਖਾਉਣੀ ਆ। ਅੱਗੇ ਵੀ ਇਸ ਘਰ ਦੇ ਵਿੱਚੋਂ ਤੁਹਾਨੂੰ ਇੱਕੋ ਹੀ ਗਾਂ ਦਿਖਾਈ ਦੀ ਜ਼ਿਆਦਾਤਰ, ਤੇ ਰੇਟ ਵੀ ਵੀਰ ਜੀ ਹੁਣਾਂ ਦਾ ਜਿਹੜਾ ਜਾਇਜ਼ ਹੁੰਦਾ ਵਾ, ਤੇ ਰੇਟ ਵੀ ਜਿਹੜਾ ਵਾ, ਪਸ਼ੂ ਵੀ ਜਿਹੜਾ ਸੋਹਣਾ ਹੁੰਦਾ ਵਾ। ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਆ, ਪੁੱਛਦੇ ਆ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੀ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ, ਵੇਖਲੇ ਵਿਆਹ ਵਿਊ ਚੱਲੀ ਜਾਣ ਦਿਆ ਜੀ। ਤੁਸੀਂ ਠੀਕ ਰੱਖਣੇ, ਪਰਸੋਂ ਵਿਆਹ ਵਾਂਗੇ। ਹਾਂਜੀ, ਫਿਰ 2-3 ਦਿਨ ਲੱਗ ਜਾਣੇ ਜੀ। ਇਸ ਤਰ੍ਹਾਂ ਚਲੋ ਰਲ ਮਿਲ ਕੇ ਚਲੋ ਚੱਲੀ ਜਾਣ ਦਿਆ। ਹਾਂਜੀ ਹਾਂਜੀ ਹਾਂਜੀ, ਫਿਰ 15, 16 ਤੇ 17 ਨੂੰ ਫਿਰ 3 ਦਿਨ ਜਾਣਾ ਪੈਣਾ। ਹਾਂਜੀ ਚਲੋ ਕੋਈ ਨਹੀਂ, ਬਸ ਫਿਰ ਆਖਰੀ ਬਾਅਦ ਚ ਹੋਣੀ, ਫਿਰ ਤੁਸੀਂ ਲਈ ਆਓ, ਬਸ ਅਸੀਂ ਵੀਡੀਓ ਪਾਈ ਜਾਣੀਆਂ ਵਾ। ਚਲੋ ਕੋਈ ਨਹੀਂ, ਵਿਆਹ ਵੀ ਚਲੋ ਜ਼ਰੂਰੀ ਆ। ਹਾਂਜੀ ਹਾਂਜੀ, ਘਰ ਦੇ ਪ੍ਰੋਗਰਾਮ ਤੁਹਾਨੂੰ ਪਤਾ ਹੀ ਆ, ਫਿਰ ਜਾਣਾ ਆਉਣਾ ਪੈਂਦਾ ਹੀ ਆ। ਹਾਂਜੀ, ਤੇ ਨਾਮ ਦੱਸ ਦੇ ਕਰੀ ਆਪਣਾ। ਅਰਸ਼ਦੀਪ ਸਿੰਘ। ਹਾਂਜੀ, ਪਿੰਡ ਵੰਚੜੀ। ਹਾਂਜੀ, ਤੇ ਜ਼ਿਲ੍ਹਾ ਵੀ। ਹਾਂਜੀ ਠੀਕ ਹੈ ਜੀ। ਨੰਬਰ 62-84-33-84-14। ਠੀਕ ਹੈ ਜੀ, ਠੀਕ ਹੈ। ਤੇ ਅੱਜ ਇੱਕੋ ਹੀ ਗਾਂ ਫਿਰ ਆਪਣੇ ਕੋਲ? ਠੀਕ ਹੈ ਜੀ, ਤੇ ਦਿਖਾਈਏ ਫਿਰ ਨਾ। ਠੰਡੀ ਸੀਲ ਹੈ, ਕੋਈ ਗੱਲ ਹੀ ਨਹੀਂ, ਜਿੱਦਾਂ ਮਰਜ਼ੀ ਬਾਜੋ। ਕਿੰਨਵਾਂ ਸੂਆ ਸੂਈ ਜੇ? ਸੂਆ ਦੂਜਾ ਸੂਈ ਹੈ। ਅੱਛਾ, ਦੂਸਰਾ ਸੂਆ ਸੂਈ ਹੈ। ਕਿੰਨਾ ਚਿਰ ਹੋ ਗਿਆ ਜਿੰਨੇ ਸੂਈ ਨੂੰ? ਸੂਈ ਨੂੰ ਹੋ ਹੀ ਗਿਆ 13-14 ਦਿਨ ਹੋ ਗਿਆ। ਆਹ ਵੱਛਾ ਮਗਰ। ਅੱਛਾ, ਵੱਛਾ ਵੀ ਇਹਦੇ ਵਰਗਾ ਹੀ ਆ ਕੇ। ਅੱਛਾ, ਆਹ ਵੱਛਾ ਵਾ ਜਿਹੜਾ? ਹਾਂ, ਦੇ ਸਕਦੇ ਜੀ, ਠੀਕ ਹੈ। ਹਾਂ, ਦੇ ਸਕਦੇ। ਵੱਛਾ ਇਹਦੇ ਵਰਗਾ ਹੀ ਆ ਕੇ ਸੇਮ। ਹਾਂਜੀ, ਸੂਆ ਕਿੰਨਵਾਂ ਚਾਹੀਦਾ? ਸੂਆ ਦੂਜਾ ਸੂਈ ਹੈ। ਅੱਛਾ, ਦੂਸਰਾ ਸੂਆ ਸੂਈ ਆ। ਹਾਂਜੀ, ਤੇ ਮੌਕੇ ਦੇ ਦੁੱਧ ਕਿੰਨਾ ਤਿਆਰ? ਬਿਲਕੁਲ ਕੰਡੇ ਵਾਲਾ ਦੁੱਧ ਭਾਵੇਂ ਖਾਏਗਾ 17 ਹੋ ਜੇ। ਅੱਛਾ, 16 ਕਿਲੋ ਪੱਕਾ ਹੋਊਗਾ। ਪੱਕਾ ਤਿਆਰ ਹੈ? 15 ਕਿਲੋ ਹੋਊਗੀ। ਅੱਛਾ, ਜਿੱਦਾਂ ਮਰਜ਼ੀ ਕੋਈ ਮੰਗਾਲੇ, ਵੀਡੀਓ ਕਾਲ ਤੇ ਚਵਾਲੇ ਜਾਂ ਉਦੋਂ ਆਨਲਾਈਨ ਵੀ ਕਰੇ ਮੰਗਾਉਣੀ ਹੋਵੇ, 15 ਕਿਲੋ ਦੀ ਮੇਰੀ ਗਾਂ ਦੀ ਗਰੰਟੀ। 15 ਲੀਟਰ ਦੀ ਗਰੰਟੀ ਹੋਊਗੀ। ਜੇ 15 ਲੀਟਰ ਤੋਂ ਦੁੱਧ ਘੱਟ ਨਿਕਲੇ ਤੇ ਘੱਟ ਹੋ ਹੀ ਨਹੀਂ ਸਕਦਾ। ਇੱਥੇ ਆਵੇ, 2 ਡੰਗ ਚ ਹੋਵੇ, 3 ਡੰਗ ਚ ਹੋਵੇ, ਤੇ ਬਾਕੀ ਆਪਾਂ ਦਿੰਦੇ ਰਹਾਂਗੇ, ਕੋਈ ਆਪਣੀ ਗਾਂ ਵਾ, ਇਹ ਨਹੀਂ ਆਪਣਾ ਕੋਈ ਟੈਨਸ਼ਨ। ਠੀਕ ਹੈ, ਤਸੱਲੀ ਪੂਰੀ ਆ ਕੇ 15 ਕਿਲੋ ਦੁੱਧ ਉਹ ਖੁੱਲਾ ਦੇ ਦਿਓ। ਠੀਕ, ਬਾਕੀ ਕੋਈ ਆਪਣੀ ਕੋ ਤਸੱਲੀ ਕਰੇ ਕਿ ਤਸੱਲੀ ਕਰ ਲੈ। ਹਾਂਜੀ, ਜਿਸ ਤਰ੍ਹਾਂ ਵੀ ਕਿਸੇ ਦੀ ਤਸੱਲੀ ਹੁੰਦੀ, ਤੁਹਾਨੂੰ ਪਤਾ ਸਟਾਲੇ ਚੱਲਣ ਡਿਆ, 2 ਦਿਨਾਂ ਨੇ ਦੇਣਾ ਹੀ ਦੇਣਾ, ਉਸ ਚੀਆਂ ਨੇ ਹੋਣਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੋਰਾ ਹਾਂ ਫਿਰ ਇੱਕ ਰੀਨ, ਦੂਸਰਾ ਸੂਆ ਵਾ ਜਿਹੜਾ ਇਹਦਾ, ਤੇ ਦੁੱਧ ਮੌਕੇ ਤੇ ਜਿਹੜਾ ਵਾ 15-16 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ। ਤੇ ਮਗਰ ਇਹਦੇ ਵੱਛਾ, ਭਾਵੇਂ ਫੇਰ ਥੱਲੇ ਬਹਿ ਜਾਓ ਜਿਸ ਤਰ੍ਹਾਂ ਮਰਜ਼ੀ। ਠੀਕ ਹੈ ਜੀ, ਠੀਕ ਹੈ ਵੀਰ ਜੀ, ਲੈ ਜਾਓ ਜੀ। ਬਾਕੀ ਥਾਣਾ ਦਾ ਸਾਈਜ਼ ਵੀ ਜਿਹੜਾ ਚੰਗਾ, ਤੇ ਗੈਪ ਵੀ ਚੰਗਾ। ਹਾਂ, ਜਿਹੜਾ ਇਹਦਾ ਬੱਚਾ। ਤੇ ਬਾਕੀ ਥਣਾ ਦਾ ਸਾਈਜ਼ ਤੇ ਗੈਪ ਇੱਕ ਰੀ ਲੱਗ ਗਿਆ। ਬਹੁਤ ਠੰਡੀ ਲਾਓ ਫੇਰ ਬਾਈ, ਭਾਵੇਂ ਅੱਛਾ ਜਿੱਦਾਂ ਮਰਜ਼ੀ ਬੈਠੇ ਰਹੋ ਲਾਓ। ਠੀਕ ਹੈ, ਬਹੁਤ ਠੰਡੀ ਸੀਲ, ਮੰਗੇ ਦੀ ਵੀ ਨਹੀਂ ਲੋੜ ਇਹਨੂੰ। ਅੱਛਾ, ਰੱਸੀ ਤੋਂ ਬਗੈਰ ਹੀ ਚਵਾਈ ਕਰੀ ਦੀ? ਰੱਸੀ ਤੋਂ ਬਗੈਰ ਹੀ ਚਵਾਈ ਕਰੀ ਦੀ। ਠੀਕ ਹੈ ਜੀ, ਹਾਂਜੀ। ਤੇ ਵਧੂ ਹੋਰ ਦੁੱਧ ਕਿ ਨਹੀਂ? ਦੁੱਧ 1 ਕਿਲੋ ਖਾਂਡੀ ਆ, ਕਿਉਂਕਿ 14-15 ਦਿਨ ਹੋ ਗਿਆ, 16-17 ਕਿਲੋ ਵਾਦਰੀ ਹੋਣੀ ਚੱਲਣ ਡੀ ਆ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਕਰ ਲਿਓ ਬਾਕੀ 17-18 ਕਿਲੋ, 18 ਕਿਲੋ ਇਹ ਥੋੜੀ ਮਾਤੜ ਕਰਵਾਈ ਆ, ਸਾਂਭੀ ਸੁੰਭੀ ਚੰਗੀ ਗਈ ਤੇ ਸਾਂਭੀ। ਹਾਂਜੀ, ਬਾਕੀ ਆ ਕੋਈ ਸਾਂਭ ਵਾਲਾ ਵੇਰ ਖੜੋ। ਤੇ ਇਹਦਾ ਕੀ ਮੁੱਲ ਜੇ ਫਿਰ? ਕਿੰਨਾ ਕਰ ਦਈਏ? ਜਾਇਜ਼ਾ ਕਰਦੇ ਆ। 16-17 ਕਿਲੋ ਦੁੱਧ ਜੋ ਵੱਛੀ ਦਾ, ਤੁਹਾਨੂੰ ਪਤਾ ਨਾ ਬਾਜ਼ਾਰ ਤੇਜ਼ ਹੋਇਆ। ਰੇਟ ਪਰ ਤੁਹਾਡਾ ਜਾਇਜ਼ ਹੀ ਹੁੰਦਾ ਵਾ, ਤੁਸੀਂ ਨਾ ਤੇਜ਼ ਕਰੋ, ਤੁਸੀਂ ਜਾਇਜ਼ ਹੀ ਰੱਖੋ। 32,000 ਰੁਪਇਆ ਰੇਟ ਵੱਛੀ ਦਾ। ਅੱਛਾ, 32,000। ਵਿੱਚੋਂ 1,000 ਮਾਣੋ, 31,000 ਰੁਪਏ ਦੀ ਵੱਛੀ ਦਾ। ਅੱਛਾ, 31,000 ਦੀ ਦੋਗੇ? 31,000 ਬਾਕੀ ਮਾਨ ਤਾਨ ਕਰਦਾ, ਕੋਈ ਵੀਰ ਭਰਾ ਫੋਨ ਲਾਵੇ, ਇਹ ਨਾ ਕੋਈ ਸੋਚੇ ਰਾਤ ਸੁੱਤੇ ਹੋਣੇ ਜਿੰਦੇ ਦੀ ਗੱਲ ਲਖਣੋ, ਜਦੋਂ ਮਰਜ਼ੀ ਫੋਨ ਲਾਵੇ ਉਦੋਂ ਚੁੱਕਾਂਗੇ। ਅੱਛਾ, ਹੋਏ ਕੋਈ ਰਾਤ 1 ਵਜੇ ਲਾਵੇ, 2 ਵਜੇ ਲਾਵੇ, ਪਹਿਲੀ ਵਾਰ ਤੇ ਫੋਨ ਚੁੱਕਾਂਗੇ। ਅੱਛਾ, ਭਾਵੇਂ ਜਦੋਂ ਮਰਜ਼ੀ ਕੋਈ ਫੋਨ ਲਾਵੇ ਕੋਈ ਮੇਰਾ ਵੀਰ ਭਰਾ। ਠੀਕ ਹੈ ਜੀ, ਤੇ ਦੁੱਧ ਮੌਕੇ ਤੇ 15-16 ਲੀਟਰ ਚਵਾ ਕੇ ਦਊਗੇ? ਚਵਾ ਕੇ ਦਵਾਂਗੇ। ਹਾਂਜੀ, ਠੀਕ ਹੈ ਜੀ, ਠੀਕ ਹੈ ਵੀਰ ਜੀ। ਬਾਕੀ ਜੇ ਆਨਲਾਈਨ ਮੰਗਾਉਣੀ ਹੋਈ, ਆਨਲਾਈਨ ਵੀ ਆਪਣੀ ਗਾਰੰਟੀ ਹੋਊਗੀ ਜੀ। ਠੀਕ ਹੈ ਜੀ, ਹਾਂਜੀ ਹਾਂਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂ, ਦੇ ਸਕਦੇ ਜੀ ਦੁੱਧ, ਭਾਵੇਂ ਕੋਈ ਵੀਰ ਜੀ ਨੇ ਕਹਿੰਦੇ ਕਿ 15, ਭਾਵੇਂ ਜਿਹੜੇ ਪਾਸੇ ਮਰਜ਼ੀ ਪਈ। ਹਾਂਜੀ ਹਾਂਜੀ, ਦੇਖੋ ਬਾਕੀ ਕੋਈ ਵੀਰ ਜਿਸ ਤਰ੍ਹਾਂ ਮਰਜ਼ੀ ਚਵਾਈ ਕਰਕੇ। ਫੇਰ ਬਾਜੋ, ਆ ਵੇਖੋ ਫੇਰ ਬਾਜੋ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।